ਹਾਂਜੀ ਗਾਇਸ, ਕੀ ਹਾਲ ਚਾਲ ਆ? ਕਾਫੀ ਦਿਨਾਂ ਤੋਂ ਮੈਂ ਵੈਸੇ ਬਲੌਗ 'ਚ ਨਹੀਂ ਆ ਰਿਹਾ ਕਿਉਂਕਿ ਬਹੁਤ ਬਿਜ਼ੀ ਸ਼ਡਿਊਲ ਰਹਿੰਦਾ ਹੈ ਅਤੇ ਬਹੁਤ ਕੰਮਾਂਕਾਰਾਂ ਕਰਕੇ ਆਪਾਂ ਨੂੰ ਬਲੌਗ ਸ਼ੂਟ ਕਰਨ 'ਚ ਥੋੜ੍ਹੀ ਦਿੱਕਤ ਆ ਰਹੀ ਹੈ। ਤਾਂ ਕਰਕੇ ਘਰ ਦੇ ਬਲੌਗ ਜਿਹੜੇ ਪਾਉਣੇ ਉਹਨਾਂ ਨੂੰ ਤੁਸੀਂ ਪਿਆਰ ਦਿਆ ਕਰੋ, ਲਾਈਕ ਅਤੇ ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਅਤੇ ਅੱਜ ਅਸੀਂ ਸੋਚਿਆ, ਅੱਜ ਮੈਂ ਕਿਹਾ ਛੁੱਟੀ ਵਾਲਾ ਦਿਨ ਆ ਐਤਵਾਰ ਆ ਅਤੇ ਟਿਊਸ਼ਨ ਵਾਲੇ ਜਿਹੜੇ ਬੱਚੇ ਆਉਣੇ ਆ ਅਤੇ ਉਹਨਾਂ ਨੂੰ ਦੋ ਚਾਰ ਕਾਉਂਦੇ ਆ, ਅਤੇ ਅਸੀਂ ਸੋਚਿਆ ਵੀ ਹੋਰ ਬੱਚਿਆਂ ਨੂੰ ਪਤਾ ਲੱਗੇ ਵੀ ਇੱਥੇ ਆਪਾਂ ਕਲਾਸਾਂ ਸ਼ੁਰੂ ਕਰਨ ਲੱਗੇ ਹਾਂ ਟਿਊਸ਼ਨ ਦੀਆਂ, ਅਤੇ ਮਿਊਜ਼ਿਕ ਦੀਆਂ ਵੀ ਨਾਲ ਆਪਾਂ ਰੱਖਾਂਗੇ ਕਲਾਸਾਂ, ਅਤੇ ਉਹਦੇ ਵਾਸਤੇ ਅਸੀਂ ਬੋਰਡ ਤਿਆਰ ਕਰ ਰਹੇ ਹਾਂ। ਵੈਸੇ ਤਾਂ ਬੋਰਡ ਬਾਹਰੋਂ ਫਲੈਕਸ ਬਹੁਤ ਬਣਾ ਕੇ ਆਉਂਦੇ ਹਾਂ, ਅਸੀਂ ਕਿਹਾ ਉਸ ਤੋਂ ਪਹਿਲਾਂ ਵੀ ਜਦ ਤੱਕ ਫਲੈਕਸ ਨਹੀਂ ਬਣਦਾ, ਜਦ ਤੱਕ ਬੱਚੇ ਜ਼ਿਆਦਾ ਨਹੀਂ ਆਉਂਦੇ, ਆਪਾਂ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਇੱਕ ਟੈਂਪਰੇਰੀ ਜਿਹਾ ਬਣਾ ਲਈਏ ਤਾਂ ਜੋ ਬੱਚਿਆਂ ਨੂੰ ਪਤਾ ਲੱਗ ਕੀ ਕਰਨੇ ਅਖਬਾਰ। ਅੱਛਾ, ਫੋਟੋਆਂ ਕੱਟਣ ਵਾਸਤੇ ਕਿੰਨਾ ਦਵਾਂ? ਹੈ ਸਾਰੇ ਇੱਕੋ ਜਿਹੇ ਆ, ਇੱਕੋ ਦਿੰਦੇ ਆ ਸਾਰੇ, ਹੈ ਨਾ? ਇਹ ਨਹੀਂ ਵਿੱਚ ਹੋਣਗੇ, ਤੁਸੀਂ ਫੋਟੋ ਲੱਭ ਲਓ ਕੋਈ ਸਟੱਡੀ ਵਾਲੀ। ਵੈਸੇ ਤਾਂ ਆਪਾਂ ਨੇ ਟੈਂਪਰੇਰੀ ਜਿਹਾ ਹੀ ਕੰਮ ਕਰਨਾ। ਇੱਕ ਆ ਮਿਲ ਗਈ ਸਟੱਡੀ ਵਾਲੀ। ਹਾਂ, ਇਹ ਸਟੱਡੀ ਨਹੀਂ ਹੈਗੀ, ਚੱਲ ਮੀਂਹ ਦੇ ਦਿਨਾਂ 'ਚ ਆਪਾਂ ਅੰਦਰ ਰੱਖ ਦਿਆ ਕਰਾਂਗੇ ਉਹ ਜਿਹੜਾ ਬੋਰਡ ਆ। ਛੱਤ ਹੈਗੀ ਹੈ, ਛੱਤ ਹੈਗੀ ਆ ਤੇ ਇਹ ਜੋ ਮਿਲੀ ਕੋਈ ਕਿਹੜੀ ਆ ਕੱਟਦੀ ਜੀ? ਹਾਂ ਹੈਗੀ, ਨਾਣੇ ਬੱਚੇ ਬਾਕੀ ਹੋਰ ਦੇਖ ਲੈਣੇ ਆਪਾਂ। ਉਹ ਲੈ ਗੰਦੂ ਜੀ ਖਾਣ ਲੱਗਿਆ ਨਮਕੀਨ, ਇੱਥੇ ਇੱਥੇ ਕਰ ਲਓ, ਆ ਟੇਬਲ 'ਤੇ ਕਰ ਲਓ। ਆ ਚਾਟ ਲਿਆਂਦੇ ਸੀਗੇ, ਇੱਕ ਮਾਰਕਰ ਲਿਆਂਦਾ, ਬਸ ਆਹੀ ਚੀਜ਼ਾਂ ਚਾਹੀਦੀਆਂ। ਫਲੈਕਸ ਬੋਰਡ ਥੋੜ੍ਹੇ ਮਹਿੰਗੇ ਬਣਦੇ ਆ, ਅਤੇ ਗੰਦੂ ਜੀ ਦੇ ਡਾਇਪਰ ਪਹਿਲਾਂ ਅਸੀਂ ਰਫ ਜੀ ਇਹਦੇ ਹੀ ਉਹ ਲੈ ਲਈ ਵੀ ਕਿਸ ਹਿਸਾਬ ਨਾਲ ਫੋਟੋ ਆਊਗੀ, ਕਿਸ ਹਿਸਾਬ ਨਾਲ ਇਹਦਾ ਟੈਕਸਟ ਆਊਗਾ, ਅਤੇ ਹੁਣ ਉਸ ਹਿਸਾਬ ਨਾਲ ਅਸੀਂ ਹੁਣ ਕਟਿੰਗ ਵਗੈਰਾ ਕਰਨ ਲੱਗੇ ਹਾਂ। ਅਤੇ ਆਹ ਮੇਰੇ ਕੋਲ ਪਿਆ ਸੀਗਾ ਬੋਰਡ ਆਪਣਾ, ਮੈਂ ਪਹਿਲਾਂ ਜੀਓ ਦਾ ਮਤਲਬ ਉਹ ਲਏ ਸੀਗੇ ਆਪਣੇ ਰੀਚਾਰਜ ਵਗੈਰਾ ਦਾ, ਉਹਨਾਂ ਨੇ ਬੋਰਡ ਜਿਹਾ ਦਿੱਤਾ ਹੋਇਆ ਸੀ, ਬਹੁਤ ਪਹਿਲਾਂ ਦਾ ਪਿਆ ਸੀਗਾ, ਅਤੇ ਇਹਦੇ ਪਿੱਛੇ ਆਪਾਂ ਨੇ ਉਹ ਬਣਾਈ ਹੋਈ ਸੀਗੀ, ਉੱਤਾਂ ਹੀ ਦੀਦੀ ਨੇ ਬਣਾਤੇ ਸੀ। ਚੱਕ ਇਹਨੂੰ, ਮੈਮੀ ਭੋਗੋ ਪੈਂਟ ਐਕਸਟਰਾ ਐਬਜ਼ਾਰਬ। ਹਾਂ, ਇਹ ਵੀ ਸੇਮ ਹੈ, ਇਹਦਾ ਹੁਣ ਆਪਾਂ ਨੇ ਟੈਕਸਚਰ ਬਣੂਗਾ ਕਿਉਂਕਿ ਫਿਰ ਲੁੱਕ ਜ਼ਿਆਦਾ ਬਣਦੀ ਹੈ। ਲੰਬੇ ਲੋਟ ਅਤੇ ਆਪਾਂ ਨੇ ਵਾਜਿਬ ਨਹੀਂ ਸਮਝਿਆ ਵੀ ਕਾਪੀਆਂ ਉਹ 'ਚੋਂ ਵੀ ਕੱਟੀਏ, ਅਤੇ ਹੁਣ ਬਣਾ ਹੀ ਲੈਣਾ ਆਪਾਂ ਨੇ, ਉੱਪਰ ਡਰਾਇੰਗ ਹੀ ਕਰ ਲਿਓ, ਹੈ ਨਾ? ਇਹ ਤਾਂ ਐਂ ਹੋਜੂਗਾ, ਠੀਕ ਹੈ, ਥੋੜ੍ਹਾ ਐਕਸਟਰਾ ਹੀ ਕੱਟਣੀ ਤਾਂ ਜੋ ਨਾ ਐਂ ਕੱਟ ਵੱਜ ਸਕੇ ਜਿਵੇਂ ਮੈਂ ਉਹ 'ਚ ਬਣਾਇਆ ਹੋਇਆ ਨਕਸ਼ੇ 'ਚ, ਥੋੜ੍ਹਾ ਟੇਢਾ ਕੱਟ ਵੱਜਣਾ ਸਲਾਈਡ ਵਾਲਾ, ਠੀਕ ਆ? ਹਾਂ ਠੀਕ ਹੈ, ਐਂ ਥੋੜ੍ਹਾ ਮੈਂ ਤੈਨੂੰ ਦੱਸਦਾ ਹਾਂ, ਜਾਂ ਟੇਢਾ ਵੱਜੂਗਾ ਫਿਰ ਉਹ ਐਕਸਟਰਾ ਨਹੀਂ ਹੋਊਗਾ ਵਾਧੂ, ਐਂ ਕੱਟ ਦੀ ਇੱਧਰ ਪਾਸੋਂ ਕੱਟ ਕੇ ਬਸ ਇੱਧਰੋਂ ਐਂ ਲੈ, ਲੰਬੇ ਲੰਬੇ ਲੋਟ ਲੈ, ਮੈਂ ਐਵੇਂ ਕੱਟ ਦੇਣਾ, ਬਾਅਦ ਚ ਕਟਿੰਗ ਕਰ ਲਿਓ। ਨਹੀਂ, ਲੰਬਾਈ ਦਾ ਫਰਕ ਪੈਣਾ ਨਾ, ਤੂੰ ਐਂ ਮਿਣਦੀ ਆ, ਇਹ ਦੂਏ ਲੋਟ ਲੰਬਾ ਐਂ ਕਰ, ਇੱਕ ਮਿੰਟ ਐਂ ਫਿਰ ਐਂ ਨਹੀਂ ਕਟੂਗਾ, ਉਦਾਂ ਕੱਟ, ਮੈਨੂੰ ਸਮਝ ਨਹੀਂ ਆਈ, ਥੱਲਿਓ ਕੱਟ ਦੇ ਤੂੰ ਤਾਂ ਜਿਵੇਂ ਉਹ ਕੱਟਿਆ, ਸੇਮ ਕੱਟ ਦੇ ਬਸ, ਫਿਰ ਉਹ ਵਾਧੂ ਐਕਸਟਰਾ ਰਹਿ ਜਾਣਾ, ਉਹ ਐਕਸਟਰਾ ਉੱਪਰ ਉਹਦੇ ਡ੍ਰੌਪ ਸ਼ੈਡੋ ਦਾ ਕੰਮ ਕਰੋ। ਹਾਂ ਇੰਨਾ ਕੱਟ ਦੇ, ਉਹ ਨਾ ਉੱਭਰੇ ਆ ਜਾਂ ਜਿਵੇਂ ਲੱਗਦਾ ਨਹੀਂ ਹੁੰਦਾ ਉੱਦਾਂ ਹੋਊਗਾ। ਚੱਲ ਆਪਾਂ ਤਾਂ ਕੋਸ਼ਿਸ਼ ਕਰਾਂਗੇ ਵੀ ਦੂਰ ਤੱਕ ਹੋ ਜਾਵੇ,
ਕਿਉਂਕਿ ਇਹ ਕਲਰ ਆਪਾਂ ਜਿਹੜੇ ਚੁਣੇ ਆ ਸਕੂਲ ਵਾਲੇ ਆ, ਵੈਸੇ ਕਲਰ ਦਾ ਵੀ ਬਹੁਤ ਫਰਕ ਪੈਂਦਾ ਹੈ। ਅਤੇ ਜਿਹੜੇ ਥੋੜ੍ਹੇ ਨੀਲੇ ਕਲਰ ਹੁੰਦੇ ਆ ਉਹ ਥੋੜ੍ਹਾ ਡਿਜੀਟਲ ਹੁੰਦੇ ਆ, ਜਾਂ ਫਿਰ ਹਾਂ ਸਕੂਲਾਂ 'ਚ ਪੀਲੇ ਸਾਰੇ ਤਰ੍ਹਾਂ ਦੇ ਕਲਰ ਚੱਲਦੇ ਆ, ਲਾਲ ਦੂਜਾ ਹੁੰਦਾ ਹੈ ਥੋੜ੍ਹਾ ਜਿਹੀ 'ਚ, ਲਾਲ ਵਿੱਚ ਉਹ ਨਹੀਂ ਹੁੰਦਾ ਕਾਲਾਪਣ, ਥੋੜ੍ਹਾ ਗੂੜਾ ਲਾਲ ਜਿਹਾ, ਹੋਰ ਇਹੋ ਜਿਹਾ ਲਾਲ ਨਹੀਂ, ਇਹ ਲਾਲ ਤਾਂ ਦੂਆ ਹੁੰਦਾ, ਹਰਾ ਉਹ 'ਚ ਵੀ ਹੁੰਦਾ ਨਾ ਹੋਸਪਿਟਲਾਂ 'ਚ। ਮੇਰੇ ਕੋਲ ਨਹੀਂ ਆਉਂਦਾ, ਫਰਕ ਸੀ ਆਹ ਸਹੀ, ਆਹ ਚਾਰਟ ਮੋਟਾ ਹੈ, ਉਹ ਚਾਰਟ ਥੋੜ੍ਹਾ ਸਿੰਪਲ ਆ। ਚਲ ਕੋਈ ਨਾ, ਥੋੜ੍ਹੀ ਜਿਹੀ ਤਾਂ ਟੈਂਪਰੇਰੀ ਆ ਕੰਮ ਆਪਣਾ। ਹੋਰ ਆਪਾਂ ਫੋਟੋ ਬਣਾਓ ਹੁਣ ਕੋਈ ਵੀ ਬੱਚੇ, ਹਾਂ ਵਾਈਟ 'ਤੇ ਬਣਾ ਦਿਓ, ਇਹ ਤਾਂ ਕਿਉਂਕਿ ਫਿਰ ਜ਼ਿਆਦਾ ਹੋਰ ਨਾ, ਇੱਧਰ ਆਪਾਂ ਕੁਛ ਹੋਰ ਲਿਖਾਂਗੇ। ਅੱਜ ਕੱਲ੍ਹ ਕੋਈ ਅਖ਼ਬਾਰ ਤਾਂ ਨਹੀਂ ਪੜ੍ਹਦਾ ਹੋਊਗਾ ਮੈਨੂੰ ਲੱਗਦਾ ਨਹੀਂ, ਆਹ ਤਾਂ ਵਿਆਹ ਨੂੰ ਲਿਆਉਂਦੇ ਸੀ ਅਖ਼ਬਾਰ, ਅਸੀਂ ਰੈਫਰੈਂਸ ਲਿਆ, ਦੇਖਦੇ ਹੁਣ ਦੀਦੀ ਕਿੱਥੇ ਗਈ ਯਾਰ, ਉਹਦੇ 'ਚੋਂ ਫੋਟੋ ਇੱਕੋ ਨਿਕਲੀ ਆ, ਸੇਵ ਕਰੀਏ ਜਿਹੜੀ ਦੀਦੀ ਨੇ, ਬੋਲ ਕਿੱਥੇ ਰੈਫਰੈਂਸ ਉਹ 'ਚੋਂ ਵਧੀਆ ਮਿਲਦੇ, ਹਟ ਜਾ ਕਿਤਾਬ ਵਾਲੀ, ਉਹ ਦੂਜੀ ਦੀਦੀ ਕਿੱਥੋਂ ਕੱਢੀ ਦੀ, ਉਹ ਸੇਵ ਕਰੀਏ ਉਹ 'ਚ ਲੱਭ ਲੇਗਾ, ਕੁਝ ਨਹੀਂ ਹੈਗਾ, ਅੱਛਾ ਇਹਦੇ 'ਚ ਹਾਂ ਠੀਕ ਆ, ਆਹ ਤੀ ਨਾਣਾ ਜਾ ਬੱਚਾ, ਇਹ ਠੀਕ ਆ, ਇਹ ਸੌਖਾ ਵਧੀਆ, ਪਰ ਇੱਕ ਕੰਪਿਊਟਰ ਦਾ ਵੀ ਬਣਾ ਦਿਓ ਆਪਾਂ ਨੇ, ਨਾਲ ਕੰਪਿਊਟਰ ਦਾ ਵੀ ਸਿਖਾਉਣਾ, ਅਤੇ ਸਾਡੇ ਆਰਟਿਸਟ ਬੈਠੇ ਆ ਇਹ ਬਣਾਉਣਗੇ। ਅਸੀਂ ਫਿਰ ਉਹ ਛੱਡ ਕੇ ਹੁਣ ਆਹੀ ਗੁੱਡੀ ਬਣਾ ਰਹੇ ਹਾਂ, ਅਸੀਂ ਰਫ ਜਿਹਾ ਸਕੈਚ ਬਣਾ ਲਿਆ, ਅਤੇ ਬਾਕੀ ਇੰਨੇ ਤਕੜੇ ਆਰਟਿਸਟ ਤਾਂ ਹੈ ਨਹੀਂ ਅਸੀਂ, ਚੱਲ ਮਾੜਾ ਮੋਟਾ ਹੋ ਜਾਂਦਾ, ਚੁੰਡੀ ਦੇਖੋ ਜੀ ਬੱਚਾ ਅਟਰੈਕਟ ਹੋ ਜਾਂਦਾ ਹੈ ਨਾ ਦੇਖ ਕੇ ਇਹੋ ਜਿਹੀਆਂ ਚੀਜ਼ਾਂ, ਕਾਰਟੂਨ ਵਗੈਰਾ, ਤਾਂ ਜੋ ਬੱਚਿਆਂ ਨੂੰ ਕੋਈ ਦਿੱਕਤ ਨਾ ਵਰਗਾ ਲੱਗਦਾ ਗੁੱਡਾ ਚੁੰਡੀਆਂ ਵਾਲਾ, ਉਹ ਇਹ ਤਾਂ ਬਾਈ ਲਾਲੂ ਬਹੁਤ ਆ, ਲਾਲਾਂ ਕਰਕੇ ਆ ਲਾਲਾਂ ਹੀ ਸਿੱਟੀ ਜਾਂਦਾ, ਹਟਦਾ ਹੀ ਨਹੀਂ ਰਫ, ਇਹਨਾਂ ਦਾ ਵਰਕ ਬਣ ਗਿਆ। ਆਪਾਂ ਨੇ ਥੋੜ੍ਹਾ ਰਫ ਲਿਖਤਾ, ਪੰਜਾਬੀ 'ਚ ਵੀ ਲਿਖਣਾ ਜ਼ਰੂਰੀ ਆ, ਹੈ ਨਾ, ਇੱਥੋਂ ਹੀ ਥੋੜ੍ਹਾ ਇਹਨੂੰ ਉਹ ਕਰਦੇ ਕੀ ਕਹਿੰਦੇ ਆ ਡਾਰਕ ਨਾ, ਥਿਕਨੈਸ ਵਧਾ ਦੇ ਦੀ ਆਊਟਲਾਈਨ ਦੀ, ਆਊਟਲਾਈਨ ਦੀ ਥਿਕਨੈਸ ਅਸੀਂ ਆਊਟਲਾਈਨ ਕਰ ਲਈ, ਨਾਲ ਦੀ ਨਾਲ ਚਮਨ ਬਰਾਤ ਚੱਲਦਾ,
ਤੇ ਵੈਸੇ ਦੇਖ ਕੇ ਦੱਸਿਓ ਵੀ ਵਧੀਆ ਸਾਡੀ ਡਰਾਇੰਗ ਪੁੱਛ ਨਿੱਛ ਤਾਂ ਹੋ ਜਾਂਦੀ ਕਈ ਵਾਰ ਉਹ ਲਾਈਟ ਕਦੇ ਆਫ ਕਰਤੀ ਲੈ ਅਸੀਂ ਆਹ ਬਣਾ ਰਹੇ ਹਾਂ ਮੈਂ ਦੇਖ ਸ਼ੂਟ ਕਰ ਰਿਹਾ ਐਨ ਸਿਨੇਮੈਟਿਕ ਸ਼ੂਟ ਇਹਨੂੰ ਆਪਾਂ ਕਲਰ ਕਰ ਦਾਂਗੇ ਅਤੇ ਹੁਣ ਇਹਦਾ ਥੋੜ੍ਹਾ ਆਪਾਂ ਕਲਰ ਕਰ ਦਿੰਦੇ ਇਹਨੂੰ ਬਾਕੀ ਬਲੈਕ ਐਂਡ ਵਾਈਟ ਰੱਖਾਂਗੇ ਬਿੰਦੂ ਜੀ ਬੋਲਣ ਲੱਗਿਆ ਹੋਇਆ ਇਹਨੂੰ ਗੁੱਡੀ ਨੂੰ ਕਰ ਦਿਓ ਹੈ ਨਾ ਕਿਤਾਬ ਨੂੰ ਕਰ ਦਿਓ ਗੰਦੂ ਉਹ ਗੰਦੂ ਹਜੇ ਤੂੰ ਇਹ 'ਤੇ ਵੀ ਲਿਖਣਾ ਕੋਈ ਕਿਹੜਾ ਕਲਰ ਕਰਨਾ ਕਿਤਾਬ ਨੂੰ ਕਿਤਾਬ ਨੂੰ ਕਰ ਦੇ ਤੂੰ ਔਰੇਂਜ ਔਰੇਂਜ ਕਲਰ ਦੀ ਕਿਤਾਬ ਬਾਹਰੋਂ ਔਰੇਂਜ ਕਵਰ ਅੰਦਰ ਤਾਂ ਉਹੀ ਹੁੰਦਾ ਵੈਸੇ ਔਰੇਂਜ ਉਹ ਵੀ ਪਿਆ ਜੇ ਕੱਟ ਕੇ ਲਾ ਸਕਦੀ ਹਾਂ ਕੱਟ ਕੇ ਲਾ ਦੇ ਚਾਹੇ ਆਹੀ ਕਰ ਦੇ ਚੱਲ ਕੱਟ ਟਾਈਮ ਬਹੁਤ ਲੱਗਦਾ ਮੰਮੀ ਵਾਲਾ ਫੋਨ ਇਹ ਚਾ ਸੇਮ ਕਲਰ ਕਰਨੇ ਆ ਔਰੇਂਜ ਜਿਹਾ ਕਰ ਦੇ ਹਿੰਟ ਲੈ ਲਈਏ ਅੱਛਾ ਮੈਟ ਆ ਸੇਮ ਕਲਰ ਕਰਨੇ ਆ ਉਹ ਕਲਰ ਦੂਜੇ ਆ ਸ਼ੇਡ ਵਾਲੇ ਵੈਕਟਰ ਕਲਰ ਆ ਉਵੇਂ ਸ਼ੇਡ ਜੀ ਬਣ ਜਾਂਦੀ ਸ਼ੇਡ ਤਾਂ ਆਪਾਂ ਬਾਅਦ ਚੋਂ ਬਣਾ ਲਾਂਗੇ ਪਰ ਇਹ ਆਪਣੇ ਕੋਲ ਮਹਿੰਗੇ ਨਹੀਂ ਨਾ ਕਲਰ ਮਹਿੰਗੇ ਕਲਰ ਦੀ ਬਣਦੀ ਆ ਸ਼ੇਡ ਥੋੜ੍ਹੇ ਉਹ ਨਾ ਕਪੈਸਿਟੀ ਘੱਟ ਵਾਲੇ ਹੁੰਦੇ ਆ ਕਲਰ ਆਹ ਤਾਂ ਸੇਮ ਕਲਰ ਹੋ ਗਿਆ ਆਪਣੇ ਕੋਲ ਆਹ ਕਲਰ ਨਹੀਂ ਹੈਗਾ ਆਹ ਵਾਲਾ ਬਰਾਊਨ ਇਹ ਵਾਲਾ ਰੈੱਡ ਰੈੱਡ ਨਹੀਂ ਹੈਗਾ ਔਰੇਂਜ ਆ ਫਿਰ ਬੁੱਕ ਬੁੱਕ ਥੋੜ੍ਹੀ ਜਿਹੀ ਉਹ ਆ ਨਾ ਆਹ ਬਰਾਊਨ ਆ ਆਹ ਔਰੇਂਜ ਆ ਬੁੱਕ ਆਹ ਬਰਾਊਨ ਆ ਬਾਲ ਇਹਦੇ ਥੋੜ੍ਹੇ ਜਿਹੇ ਹੋਰ ਤਰ੍ਹਾਂ ਦੇ ਬਰਾਊਨ ਆ ਕੌਫੀ ਬਰਾਊਨ ਉਹਦੇ ਖੁਸ਼ ਹੋਇਆ ਪਿਆ ਉਹ ਗੰਦੂ ਉਹ ਗੰਦੂ ਰੰਗ ਮੁੱਕ ਜਾਂਦਾ ਇਹਦੇ ਵਿੱਚੋਂ ਕੱਢ ਲੈਂਦੇ ਹਾਂ ਨਹੀਂ ਕਰਦੇ ਹੁੰਦੇ ਸੀ ਅਸੀਂ ਸਕੂਲ 'ਚ ਇਹ ਊਂ ਵੀ ਵਧੀਆ ਲੱਗਦਾ ਜਦ ਜ਼ਿਆਦਾ ਰੰਗ ਭਰਿਆ ਜਾਂਦਾ ਹੈ ਨਾ ਉਹਨੂੰ ਟਾਈਮ ਬਹੁਤ ਲੱਗਦਾ ਦੋ ਰੰਗ ਹੋ ਗਿਆ ਹਾਂ ਚਲੋ ਸ਼ੇਡ ਜੀ ਬਣ ਗਈ ਇੱਕ ਦੇਖਿਓ ਉਹਦਾ ਸਾਰੇ ਵਧੀਆ ਬਣ ਗਈ ਗੁੱਡੀ ਸਾਡੇ ਕੋਲ ਨਾ ਕਲਰ ਦੀ ਥੋੜ੍ਹੀ ਪ੍ਰੋਬਲਮ ਸੀਗੀ ਕਲਰ ਵਧੀਆ ਨਹੀਂ ਸੀ ਅਤੇ ਆ ਵੀ ਥੋੜ੍ਹੇ ਪ੍ਰੋਬਲਮ ਹੋ ਗਈ ਚੱਲ ਕੋਈ ਨਾ ਦੂਰ 'ਤੇ ਨਹੀਂ ਪਤਾ ਲੱਗਦਾ ਨਾ ਅਤੇ ਆਹ ਪਿੰਕ ਕਲਰ ਕਰਤਾ ਉਹ ਸਕਿਨ ਕਲਰ ਹੈ ਨਹੀਂ ਸੀ ਚਲੋ ਆਪਣੇ ਤੋਂ ਸ਼ੋਅ ਕਰਨਾ ਹੈ ਸ਼ਾਬਾਸ਼ ਵੈਰੀ ਗੁੱਡ ਬਹੁਤ ਵਧੀਆ ਸਾਡੇ ਆਰਟਿਸਟ ਇਹਨੂੰ ਡਾਰਕ ਕਰਦੇ ਹਨ ਅਸੀਂ ਆ ਵੀ ਲਿਖਤਾ ਏ ਬੀ ਸੀ ਡੀ ਵੈਸੇ ਸਹੀ ਨਹੀਂ ਲੱਗਦਾ ਏ ਬੀ ਸੀ ਇੱਧਰ ਤਾਂ ਵਧੀਆ ਲੱਗਦਾ ਉਡਾੜਾ ਹੈ ਠੀਕ ਲੱਗਦਾ ਐਸ ਹਾਂ ਦੂਰੋਂ ਤੋਂ ਚੱਲ ਫਿੱਕਾ ਹੀ ਲੱਗੂਗਾ ਉਹਦੇ ਹੈ ਨਾ ਠੀਕ ਆ ਅਸੀਂ ਤਾਂ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਬਣੀ ਆ ਅਤੇ ਹਜੇ ਤਾਂ ਪਿਆ ਹਜੇ ਜੇ ਰੁਕ ਜਾਓ ਪੂਰਾ ਕੰਪਲੀਟ ਕਰਕੇ ਫਿਰ ਜਾਏ
ਰਿਸ਼ਤੇਦਾਰ ਵੀ ਆਏ ਸੀਗੇ ਦੀਦੀ ਹੋਣੀ। ਹੈਲੋ ਕਰ ਦੋ ਤੁਸੀਂ ਦੇਖਦੇ ਹੋ ਨਾ ਬਲੌਗ, ਆਹ ਬੱਚੇ ਬਹੁਤ ਬਲੌਗ ਦੇਖਦੇ ਆ। ਉਹ ਤਾਂ ਕਹਿੰਦੇ ਫੈਨ ਆ ਸੀ ਪਰ ਹੁਣ ਸਾਨੂੰ ਬੁਲਾਉਂਦੇ ਨਹੀਂ। ਇਹ ਤਾਂ ਹੁਣ ਲਾ ਕੇ ਦੇਖ ਲੈਂਦੇ ਇਹਨੂੰ, ਹੈ ਨਾ ਆਉਂਦਾ ਪੂਰਾ ਨਾ, ਫਿਰ ਉੱਥੋਂ ਮੈਂ ਕੱਟਣਾ ਵੀ ਆ। ਕੱਟ ਜਾ ਇੱਥੋਂ, ਮੈਂ ਨਾ ਤਿਰਛਾ ਕੱਟਣਾ ਵੀ ਤਾਂ ਜੋ ਟਿਊਸ਼ਨ ਵੀ ਦਿਖੇ। ਅਤੇ ਇੱਧਰ ਆਪਾਂ ਲਿਖਾਂਗੇ ਕਿੰਨਵੀਂ ਤੋਂ ਕਿੰਨਵੀਂ ਤੱਕ ਆ, ਅਤੇ ਉਹ ਲਿਖ ਦੇਣਾ ਆਪਾਂ ਨੇ ਮਿਊਜ਼ਿਕ ਦਾ ਵੀ ਇੱਥੋਂ ਕੱਟਣਾ। ਮੈਂ ਕਹਿੰਦਾ ਸੀ ਵੀ ਤਿਰਛਾ ਲਾਉਣਾ ਥੋੜਾ ਹੋਰ ਪਰੇ ਕਰ ਲੈਂਦੇ ਆ, ਉਰੇ ਕਰ ਲੈਂਦੇ ਆ, ਹੈਨਾ ਪਿੱਛੇ ਨਾ ਥੋੜਾ ਚਿੱਟਾ ਹੋਰ ਲਾ ਦੇ ਤੇ ਤਾਂ ਸਹੀ ਆਊਗਾ ਇਹ। ਚੱਲ ਦੇਖਦੇ ਆ, ਪੀਲਾ ਨਹੀਂ ਲਾਉਣਾ, ਉੱਪਰ ਸ਼ੈਡੋ ਬਣਾਉਣੀ ਆ, ਮਤਲਬ ਉਭਰਿਆ ਹੋਇਆ ਦਿਖਾਉਣਾ ਆਪਾਂ ਨੇ। ਦੇਖੋ ਪਹਿਲਾਂ ਅਸੀਂ ਸੋਚਿਆ ਸੀ ਵੀ ਚਲੋ ਗਲੂ ਲਾ ਲੈਂਦੇ, ਪਰ ਗਲੂ ਨਾ ਨਾ ਇਹਦੀ ਕੁਆਲਿਟੀ ਮੁੱਕ ਜਾਂਦੀ ਹੈ ਕਾਗਜ਼ ਦੀ, ਦੇਸੀ ਆ ਕਾਗਜ਼ ਆ ਨਾ। ਇਹ ਤਾਂ ਲਿਖਾਂਗੇ ਆਪਾਂ ਨਰਸਰੀ ਤੋਂ ਜਨਵਰੀ ਤੱਕ। ਹਾਂ ਹਾਂ ਸੈਂਟਰ 'ਚ ਚਲੀ ਗਈ। ਲਿਖਣਾ ਆਪਾਂ ਨੇ ਨੋਟ, ਨੋਟ 'ਤੇ ਲਿਖਾਂਗੇ ਇੱਥੇ ਮਤਲਬ ਸੰਗੀਤ ਦੀ ਸਿਖਲਾਈ, ਹਾਰਮੋਨੀਅਮ ਗਿਟਾਰ 'ਤੇ ਆ ਵੀ ਲਿਖਤਾ ਕੰਪਿਊਟਰ ਗਿਟਾਰ ਦੇ ਹਾਰਮੋਨੀਅਮ ਵੀ ਕੋਈ ਵੀ ਲਿਖਾਤਾ ਮੈਂ। ਹਾਂ ਜਦੋਂ ਬਲੈਕ ਬੋਰਡ 'ਤੇ ਆਪਾਂ ਉਹ ਘਸਾਉਂਦੇ ਹੁੰਦੇ ਸੀ ਕਾਗਜ਼ ਆਏ ਹਾਏ ਸਿਰ 'ਚ ਕੁਛ ਹੁੰਦਾ, ਇੱਥੇ ਆਪਾਂ ਨੇ ਚਿਪਕਾ ਲਿਆ। ਉੱਧਰ ਉਹ ਲਾਤਾ, ਇੱਧਰ ਆ ਟਿਊਸ਼ਨ 'ਤੇ ਠੀਕ ਆ, ਬਸ ਹੁਣ ਇੰਨਾ ਤਾਂ ਹੋ ਜਾਂਦਾ ਵੈਸੇ ਠੀਕ ਆ। ਉਹਨੂੰ ਆਪਾਂ ਹੁਣ ਲੈ ਚੱਲਦੇ ਹਾਂ, ਅਤੇ ਉਹ ਆਪਾਂ ਨੇ ਇੱਕ ਹੋਰ ਬਣਾਉਣਾ ਬੋਰਡ, ਉਹ ਛੋਟਾ ਬਣਾਵਾਂਗੇ, ਬਾਹਰ ਲਾਉਂਦੇ ਇਹਨੂੰ ਉੱਪਰ ਤਾਂ ਫਿਰ ਭਿੱਜੂਗਾ ਨਾ ਉੱਥੇ ਰਹਿਣ ਵੀ ਦੂਰੋਂ ਦਿਖਦਾ ਕਿ ਨਹੀਂ। ਵੈਸੇ ਟਿਊਸ਼ਨ ਲਿਖਿਆ ਦਿਖ ਰਿਹਾ ਉਹ ਦੇਖੋ, ਬਸ ਠੀਕ ਆ ਠੀਕ। ਅਤੇ ਇੱਥੇ ਲਾਤਾ ਸੀ ਅਤੇ ਥੋੜ੍ਹਾ ਸੋਚਿਆ ਵੀ ਥੋੜ੍ਹਾ ਹੋਰ ਡਾਰਕ ਕਰਨਾ, ਫਿਲਹਾਲ ਇੱਕ ਇੱਥੇ ਬੋਰਡ ਲਾ ਦਾਂਗੇ। ਦੂਰ ਤੋਂ ਦੇਖ ਰਿਹਾ ਚੱਲ, ਟਿਊਸ਼ਨ ਤਾਂ ਕਮ ਸੇ ਕਮ ਲੰਘਦੇ ਵੜਦੇ ਨੂੰ ਤਾਂ ਦਿਖੂਗਾ। ਹੋਰ ਬੋਰਡ ਬਣਾ ਲਿਆ ਅਤੇ ਥੋੜ੍ਹਾ ਇਹ 'ਚ ਹੋਰ ਬੋਲਡ ਅੱਖਰਾਂ ਲਿਖਿਆ। ਇਹ ਕੀ ਚੀਜ਼ ਆ? ਉਹ ਫਰੇਮ ਤੋੜਿਆ ਸੀ, ਆਹ ਫੋਟੋ ਫਰੇਮ ਆ ਉਹਦਾ ਇਹ। ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕਢਾਉਣੀਆਂ, ਮੋਰਨ ਦੇ ਕਾਰਨ ਨੀ ਮੈਂ ਕੈਂਠਾ ਕਢਾਉਣੀਆਂ, ਕੈਂਠਾ ਪਹਿਨਣ ਦੇ ਵੇਲੇ ਵੇ ਹੰਡਾਵਣ ਦੇ ਵੇਲੇ ਕਿਉਂ ਉੱਡ ਜਾਣੇ ਵੇ ਮੋਰਾ ਮੋਰਾ ਕਿਉਂ ਉੱਡ ਜਾਣੇ ਵੇ ਮੋਰਾ। ਮੰਮੀ ਗਾਈ ਨਾਲ, ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ ਡੂੰਘੀਆਂ ਰਮਜ਼ਾਂ, ਤੇਰੀਆਂ ਸੋਹਣੀਆਂ ਅੱਖੀਆਂ ਵੇ ਤੇਰੀਆਂ
ਡੂੰਘੀਆਂ ਰਮਜ਼ਾਂ ਨੇ ਮੈਂ ਮੋਲੀ ਵੇ ਮੋਰਾ ਮੋਰਾ ਹਾਏ ਮੈਂ ਮੋਲੀ ਵੇ ਮੋਰਾ ਹਾਏ ਮੈਂ ਮੋਲੀ ਵੇ ਮੰਮੀ ਵੀ ਸ਼ੁਰੂ ਸੀ ਨਾ ਹੋਰ ਹੋਰ ਸੁਣਾਈ ਮੰਮੀ ਕੋਈ ਟੱਪਾ ਜੇ ਕੋਈ ਭਾਂਡਾ ਭੱਜ ਗਿਆ ਏ ਸਾਡਾ ਦਿਲ ਤੂੰ ਤੋੜਿਆ ਤੇ ਨਾ ਲੇਖਾਂ ਦਾ ਲੱਗ ਗਿਆ ਏ ਜੀ ਨਾ ਲੇਖਾਂ ਦਾ ਲੱਗ ਗਿਆ ਏ ਨਾਲੇ ਗੰਦੂ ਨੂੰ ਸੁਣਾ ਦੇ ਹੈ ਮੰਮੀ ਕੋਈ ਵੀ ਕਿਹੜਾ ਬਡਾਲੀ ਦਾ ਵਧੀਆ ਉਹ ਹੈ ਇਸ਼ਕ ਇਬਾਦਤ ਆਸ਼ਿਕਾਂ ਦੀ ਇਹ ਇਸ਼ਕ ਖੁਦਾ ਵੀ ਨਚਾਉਂਦਾ ਏ ਫਿਰ ਇਸ਼ਕੇ ਦਾ ਰੰਗ ਮਾਨਣ ਲਈ ਰੱਬ ਖੁਦ ਦੁਨੀਆ ਤੇ ਆਉਂਦਾ ਏ ਨੂਰ ਇਸ਼ਕ ਉਹਦਾ ਪਰਵਾਨ ਚੜ੍ਹੇ ਜਿਹੜਾ ਯਾਰ ਦੇ ਮਨ ਨੂੰ ਪਾਉਂਦਾ ਏ ਜਿਹੜਾ ਯਾਰ ਤੇ ਮਨ ਨੂੰ ਪਾਉਂਦਾ ਏ ਦੱਸ ਕਿਹੜਾ ਸ਼ੁਰੂ ਹੋਣ ਲੱਗਿਆ ਮੰਮੀ ਗਾਣਾ ਤੇਰਾ ਇਸ਼ਕ ਨਚਾਉਂਦਾ ਏ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਏ ਸੱਜਣਾ ਸਾਨੂੰ ਤੇ ਨੱਚਣਾ ਨਹੀਂ ਆਉਂਦਾ ਤੇਰੇ ਇਸ਼ਕ ਦੀ ਮਾਸਤੀ ਐਸੀ ਏ ਸਾਨੂੰ ਤੇ ਦੱਸਣਾ ਨਹੀਂ ਆਉਂਦਾ ਤੇਰਾ ਇਸ਼ਕ ਨਚਾਉਂਦਾ ਵੇ ਸਜਣਾ ਗੰਦੂ ਏਦਾਂ ਹੀ ਸੁਣਦਾ ਗਾਣੇ ਸੁਣ ਕੇ ਕਿਤੇ ਐਂ ਗਾਓ ਵੀ ਗੰਦੂ ਨੂੰ ਜਗਾਈ ਜਾਂਦੇ ਗਾਣੇ ਗਾ ਕੇ ਇਹ ਗਾਣੇ ਸੁਣ ਕੇ ਹੀ ਸੌਂਦਾ ਏ ਹੈਨਾ ਦੇਖ ਲਾ ਗਾਣਿਆਂ ਨਾਲ ਨਹੀਂ ਉੱਠਦਾ ਇਹ ਗਾਣੇ ਨਾਲ ਉਲਟ ਸੌਂਦਾ ਸਾਵਰਕੋਟੀ ਸਾਹਿਬ ਸਾਡੇ ਫਿਰ ਹੰਝੂ ਪੂੰਝਦਾ ਬਹੁਤ ਵਧੀਆ ਲੱਗਦੀ ਹੈ ਮੈਨੂੰ ਆਵਾਜ਼ ਅੱਖ ਤੇਰੀ ਵੀ ਤਾਂ ਰੋਈ ਹੋਏ ਅੱਖ ਤੇਰੀ ਵੀ ਤਾਂ ਰੋਈ ਹੋਏ ਅੱਖ ਤੇਰੀ ਵੀ ਤਾਂ ਰੋਈ ਹੋਈ ਹਾਂ ਇਹ ਵਧੀਆ ਬਣ ਗਿਆ ਕਿਉਂ ਇਹ ਦੂਰੋਂ ਵਿਜ਼ੀਬਲ ਆ ਹੈਨਾ ਚਲੋ ਇਹਨੂੰ ਆਪਾਂ ਇਹ ਤੇ ਹਾਂ ਬਣਾ ਦੇ ਬਾਕੀ ਜੋ ਮਰਜ਼ੀ ਕਰ ਦੇ ਅਤੇ ਅੱਛਾ ਫੁੱਲ ਬਣਾ ਰਹੀ ਹੈ ਬਣਾ ਤਾ ਚੱਲ ਠੀਕ ਆ ਚਲ ਮੈਂ ਨੀਚੇ ਜਾ ਕੇ ਦੇਖਦਾ ਵੀ ਦੇਖਦਾ ਵੀ ਆ ਕਿਸੇ ਨੂੰ ਕਿੰਨਾ ਹੋ ਗਿਆ ਰਾਤ ਨੂੰ ਤਾਂ ਚਲ ਉਵੇਂ ਦੇਖਣਾ ਪਰ ਦੇਖ ਰਹੇ ਆ ਹਾਂ ਹਾਂ ਠੀਕ ਆ ਸਕਸੈਸਫੁੱਲ ਹੋ ਗਏ ਆਪਾਂ ਉਹ ਨਾਲ ਨਹੀਂ ਲਾਣਾ ਇੱਧਰ ਲਾ ਉੱਥੇ ਤਾਂ ਜਮੀ ਨਹੀਂ ਦਿਖਣਾ ਉਹਦੇ ਬਰਾਬਰ ਨਾ ਲਾ ਤੂੰ ਹਾਥੀ ਦੇ ਬਰਾਬਰ ਕੀੜੀ ਲਾਤੀ ਇੱਧਰ ਲਾ ਅਲੱਗ ਤੋਂ ਅਗਲਾ ਕਹੂਗਾ ਕੁਛ ਲੱਗਿਆ ਤਾਂ ਹੋਇਆ ਕੁਛ ਤਾਂ ਦੇਖਾਂਗੇ ਉੱਥੇ ਨਾ ਭੀੜ 'ਚ ਨਹੀਂ ਪਤਾ
ਉੱਥੇ ਭੀੜ 'ਚ ਨਹੀਂ ਨਾ ਪਤਾ ਲੱਗਣਾ। ਹਾਂ ਇੱਥੇ ਇੱਥੇ ਠੀਕ ਆ, ਹਾਂ ਇੱਥੇ ਠੀਕ ਆ, ਵਧੀਆ ਲੱਗਦਾ ਇੱਥੇ। ਹਾਂ ਇੱਧਰ ਨੂੰ ਕਰ ਮਾੜਾ, ਇੱਧਰ ਨੂੰ, ਹਾਂ ਉਰੇ ਇੱਧਰ ਨੂੰ, ਇੱਧਰ ਨੂੰ ਥੋੜ੍ਹਾ, ਬਸ ਇੱਥੇ ਠੀਕ ਆ। ਚੱਲ ਠੀਕ ਆ।